ਸੱਚੀ ਕਾਲ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੁਕੜਾ ਲਵਪ੍ਰੀਤ ਤੇ ਬਿਆੰਤ ਕੌਰ ਮਾਮਲੇ ਦੇ ਵਿੱਚ ਜਿਵੇਂ ਜਿਵੇਂ ਟਾਈਮ ਬੀਤ ਰਿਹਾ ਹੈ ਓਵੇਂ-ਓਵੇਂ ਇਸ ਮਾਮਲੇ ਦੇ ਵਿੱਚ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਹੁਣ ਲਵਪ੍ਰੀਤ ਦੀ ਚੈਟ ਬਿਆੰਤ ਦੀ ਇੱਕ ਫਰੈਂਡ ਦੇ ਨਾਲ ਸਾਹਮਣੇ ਆਈ ਹੈ ਜਿਸ ਚ ਦੇਖਿਆ ਜਾ ਸਕਦਾ ਕਿ ਬਿਆੰਤ ਦਾ ਕਿਸੇ ਹੋਰ ਦੇ ਨਾਲ ਰਿਸ਼ਤਾ ਹੋਣ ਬਾਰੇ ਵੀ ਲਾੜੀ ਬਿਆੰਤ ਦੀ ਫਰੈਂਡ ਨੂੰ ਪੁੱਛਦਾ ਤੇ ਫਾਈਲ ਨਾ ਲਗਾਉਣ ਦਾ ਕਾਰਨ ਵੀ ਪੁੱਛਦਾ ਜਿੱਥੇ ਬਿਆੰਤ ਦੀ ਫਰੈਂਡ ਜਵਾਬ ਦਿੰਦੀ ਹੈ ਕਿ ਅਸੀਂ ਤਾਂ ਉਹਨੂੰ ਕਹਿੰਨੇ ਆ ਵੀ ਬਿਆੰਤ ਹੁਣ ਫਾਈਲ ਲਗਾ ਲੈ ਵਧੀਆ ਹੋ ਜੂ ਤੁਸੀਂ ਵੀ ਇੱਥੇ ਆ ਜਾਓਗੇ ਇਸ ਤੋਂ ਇਲਾਵਾ ਬਯੰਤ ਦੀ ਫਰੈਂਡ ਇਹ ਵੀ ਲਾਡੀ ਨੂੰ ਪੁੱਛਦੀ ਹੈ ਕਿ ਕੀ ਤੁਹਾਡੀ ਫੈਮਲੀ ਨੇ ਬਯੰਤ ਨਾਲ ਜਾਂ ਫਿਰ ਬਯੰਤ ਦੀ ਫੈਮਲੀ ਨਾਲ ਇਸ ਬਾਰੇ ਕਦੇ ਗੱਲ ਨਹੀਂ ਕੀਤੀ ਤੇ ਲਾਡੀ ਇਹ ਵੀ ਕਹਿੰਦਾ ਹੋਇਆ ਦਿਖਾਈ ਦਿੰਦਾ ਹੈ ਜਦੋਂ ਅਰਸ਼ ਦੇ ਨਾਲ ਉਹ ਗੱਲ ਕਰਦਾ ਹੈ ਅਰਸ਼ ਨੂੰ ਇਹ ਸਾਰੀ ਗੱਲਬਾਤ ਦੱਸਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਪਰੇਸ਼ਾਨ ਹੈ ਤਾਂ ਉਹਦੇ ਵਿੱਚ ਕਹਿੰਦਾ ਹੋਇਆ ਤੁਸੀਂ ਚੈਟ ਦੇ ਵਿੱਚ ਦੇਖ ਸਕਦੇ ਹੋ ਨਜ਼ਰ ਆਉਂਦਾ ਹੈ ਵੀ ਮੈਨੂੰ ਇੱਕ ਪ੍ਰੂਫ ਦੇ ਤੌਰ ਤੇ ਵੀ ਮੇਰੀ ਬੇਅੰਤ ਦੇ ਨਾਲ ਗੱਲ ਹੁੰਦੀ ਹੈ ਵੀਡੀਓ ਕਾਲ ਦਾ ਇੱਕ ਸਕਰੀਨਸ਼ਾਟ ਚਾਹੀਦਾ ਸੀ ਪਰ ਬੇਅੰਤ ਤਾਂ ਮੇਰੇ ਨਾਲ ਗੱਲ ਹੀ ਕਰਨੋਂ हट ਗਈ ਬੇਅੰਤ ਤਾਂ ਮੇਰੇ ਮੈਸੇਜ ਨਹੀਂ ਦੇਖਦੀ ਤਾਂ ਫਿਰ ਵੀਡੀਓ ਕਾਲ ਦਾ ਸਕਰੀਨਸ਼ਾਟ ਜਿਹੜਾ ਪ੍ਰੂਫ ਦੇ ਤੌਰ ਤੇ ਚਾਹੀਦਾ ਹੈ ਉਹ ਮੈਂ ਕਿੱਥੋਂ ਲੈ ਕੇ ਆਵਾਂਗਾ ਸੋ ਇਹ ਜਿਹੜੀ ਚੈਟ ਹੈ ਸਾਰੀ ਬਯੰਤ ਦੀ ਫਰੈਂਡ ਦੇ ਨਾਲ ਜੋ ਲਵਪ੍ਰੀਤ ਦੀ ਸਾਹਮਣੇ ਆਈ ਹੈ ਉਹ ਸਾਰੀ ਤੁਹਾਨੂੰ ਵਰਡ ਟੂ ਵਰਡ ਦੱਸ ਦਿਆਂ ਕਿ ਕਿਵੇਂ ਲਵਪ੍ਰੀਤ ਇੱਥੇ ਵੀ ਮਿੰਤਾ ਕਰਦਾ ਹੋਇਆ ਨਜ਼ਰ ਆਉਂਦਾ ਕਿ ਮੇਰੇ ਨੇ ਉਹਨੂੰ ਪੁੱਛ ਕੇ ਦੱਸੋ ਕਿ ਉਹਦਾ ਕਿਤੇ ਹੋਰ ਰਿਸ਼ਤਾ ਤਾਂ ਨਹੀਂ ਜੇ ਕਿਤੇ ਹੈ ਤਾਂ ਸਾਨੂੰ ਜਿਹੜਾ ਹੈ ਫ੍ਰੀ ਕਰ ਦੇਵੇ ਮੈਨੂੰ ਦੱਸ ਤਾਂ ਦੇਵੇ ਘੱਟੋ-ਘੱਟ ਕਿਉਂਕਿ ਮੈਂ ਕਰਦਿਆਂ ਨੂੰ ਹਲੇ ਤੱਕ ਝੂਠ ਬੋਲਦਾ ਹੋਇਆ ਨਜ਼ਰ ਆ ਰਹੇ ਹਾਂ ਸੋ ਵਰਡ ਟੂ ਵਰਡ ਇੱਕ ਵਾਰ ਤੁਹਾਨੂੰ ਚੈਟ ਜ਼ਰੂਰ ਸੁਣਾਉਣੀ ਹੈ ਕਿ ਲਵਪ੍ਰੀਤ ਕਿਸ ਤਰੀਕੇ ਦੇ ਨਾਲ ਬਯੰਤ ਨੂੰ ਇਹ ਕਹਿ ਰਿਹਾ ਸੀਗਾ ਕਿ ਪਲੀਜ਼ ਮੇਰੀ ਫਾਈਲ ਲਗਾ ਦੇ ਆਪਣੇ ਦੋਸਤ ਦੇ ਇਹ ਜਿਹੜੀ ਚੈਟ ਤੁਸੀਂ ਦੇਖ ਰਹੇ ਹੋ ਇਹ 26 ਨਵੰਬਰ 2019 ਦੀ ਹੈ ਜਿੱਥੇ ਬਯੰਤ ਦੀ ਜਿਹੜੀ ਦੋਸਤ ਹੈ ਉਹ ਕਹਿੰਦੀ ਹੈ ਵੀ ਹਾਂਜੀ ਵੀਰੇ ਮੈਂ ਸਮਝਦੀ ਆ ਤੁਹਾਡੀ ਗੱਲ ਅੱਗੇ ਲਾਡੀ ਲਿਖਦਿਆ ਵੀ ਫੇਰ ਕੁਝ ਦੱਸਿਆ ਤਾਂ ਹੈ ਨਹੀਂ ਭੈਣੇ ਪਰ ਹਾਂਜੀ ਜੇ ਕੋਈ ਐਦਾਂ ਦੀ ਗੱਲ ਹੈ ਜਾਂ ਕੁਝ ਵੀ ਹੈ ਉਹਨੂੰ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਚਾਹੀਦੀ ਹੈ ਅਸੀਂ ਉਹਨੂੰ ਹਮੇਸ਼ਾ ਪੁੱਛਦੇ ਹੁੰਨੇ ਆ ਬਯੰਤ ਗੱਲ ਨਹੀਂ ਹੋਈ ਜਾਂ ਕੁਝ ਵੀ ਉਹ ਕਹਿ ਦਿੰਦੀ ਆ ਹੋ ਗਈ ਪਰ ਆਪਾਂ ਵੀ ਕਦੇ ਬਾਲਾਂ ਨਹੀਂ ਪੁੱਛਿਆ ਫਿਰ ਉਹਨੂੰ ਐਦਾਂ ਨਾ ਲੱਗੇ ਕਿ ਮੇਰੀ ਲਾਈਫ ਵਿੱਚ ਅੜ ਰਹੇ ਨੇ ਅੱਗੇ ਬਯੰਤ ਦੀ ਫਰੈਂਡ ਲਿਖਤੀ ਹੈ ਪਰ ਹਾਂਜੀ ਤੁਸੀਂ ਉਹਨੂੰ ਪੁੱਛ ਲਿਓ ਜਾਂ ਫਿਰ ਜਿਹਦੇ ਨਾਲ ਵੀ ਉਹ ਸ਼ੇਅਰ ਕਰ ਸਕਦੀ ਹੈ ਉਹਦੇ ਨਾਲ ਕਰ ਲੇ ਜੇ ਕੋਈ ਗੱਲ ਐਦਾਂ ਦੀ ਹੈਗੇ ਤਾਂ ਹੈ ਫਿਰ ਵੀ ਕਿਉਂ ਲਾਈਫ ਨਾਲ ਐਦਾਂ ਕਰਨਾ ਇਸ ਤੋਂ ਅੱਗੇ ਤੁਸੀਂ ਇਸ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਜਿਹੜੀ ਬਯੰਤ ਦੀ ਸਹੇਲੀ ਆ ਉਹ ਕਹਿੰਦੀ ਹੈ ਕਿ ਅਸੀਂ ਤਾਂ ਉਹਨੂੰ ਕਹਨੇ ਰਹਿਨੇ ਆ ਬਯੰਤ ਹੁਣ ਫਾਈਲ ਲਗਾ ਲੈ ਵਧੀਆ ਤੁਸੀਂ ਆਜੋਗੇ ਇੱਥੇ ਅੱਗੇ ਲਾਡੀ ਲਿਖਦਾ ਹੈ ਪੈਣੀ ਜੇ ਕੋਈ ਹੋਰ ਰਿਲੇਸ਼ਨ ਹੈ ਤਾਂ ਦੱਸ ਤਾਂ ਦੇਣਾ ਚਾਹੀਦਾ ਐਵੇਂ ਕਿਉਂ ਨਾਲੇ ਅਬਦੀ ਲਾਈਫ ਖਰਾਬ ਕੀਤੀ ਹੈ ਨਾਲੇ ਮੇਰੀ ਖਰਾਬ ਕੀਤੀ ਹੈ ਉਸਦੇ ਅੱਗੇ ਬਯੰਤ ਦੀ ਸਹੇਲੀ ਜਵਾਬ ਦਿੰਦੀ ਹੈ ਨਾ ਵੀਰੇ ਤੁਸੀਂ ਐਦਾਂ ਤਾਂ ਨਾ ਸੋਚੋ ਹਾਂਜੀ ਪਰ ਜੋ ਵੀ ਹੈ ਉਹਨੂੰ ਤੁਹਾਡੇ ਨਾਲ ਗੱਲ ਕਰ ਲੈਣੀ ਚਾਹੀਦੀ ਹੈ ਬਯੰਤ ਦੀ ਸਹੇਲੀ ਨੇ ਇਹ ਵੀ ਲਿਖਿਆ ਸੀ ਕਿ ਤੂੰ ਵੀਡੀਓ ਕਾਲ ਕਰ ਲੈ ਅੱਗੇ ਲਾਡੀ ਲਿਖਦਾ ਹੈ ਕਿ ਕਰਦੀ ਨਹੀਂ ਮੈਂ ਕੀ ਕਰਾਂ ਮਿੰਤਾ ਤੋਂ ਵੱਧ ਮੈਂ ਹੋਰ ਕੀ ਕਰ ਸਕਦਾ ਅੱਗੇ ਬਯੰਤ ਦੀ ਸਹੇਲੀ ਲਿਖਦੀ ਹੈ ਇਹ ਕੀ ਗੱਲ ਹੋਈ ਵੀਰੇ ਮੇਰੇ ਅਕੋਰਡਿੰਗ ਤੁਸੀਂ ਜਾਂ ਤਾਂ ਅਰਸ਼ ਨਾਲ ਗੱਲ ਕਰਕੇ ਵੇਖ ਲਓ ਉਹ ਸਮਝਾ ਦੂ ਇੰਨੀ ਜਾਂ ਫਿਰ ਪੁੱਛ ਲੂ ਵੀ ਕੀ ਗੱਲ ਹੈ ਜਾਂ ਇੱਕ ਵਾਰ ਤੁਸੀਂ ਹੀ ਪੁੱਛ ਲਓ ਕੁਝ ਤਾਂ ਦੱਸ ਦੇਵੇ ਅੱਗੇ ਲਾਡੀ ਲਿਖਦਾ ਮੈਂ ਤਾਂ ਭੈਣੇ ਇੱਕ ਸਾਲ ਤੋਂ ਬੇਅੰਤ ਦੀਆਂ ਮਿੰਤਾ ਕਰ ਰਿਹਾ ਮੈਂ ਇਸ ਤੋਂ ਵੱਧ ਕੁਝ ਨਹੀਂ ਕਰ ਸਕਦਾ ਮੇਰੇ ਤਾਂ ਡਿਪਰੈਸ਼ਨ ਵਾਲੇ ਲੱਛਣ ਨੇ ਭੁੱਖ ਨਹੀਂ ਲੱਗਦੀ ਕਿਸੇ ਦੀ ਗੱਲ ਨਹੀਂ ਸੁਣਦਾ ਬਸ ਅੰਦਰ ਬੈਠਾ ਰਹਿਣਾ ਅੱਗੇ ਬੇਅੰਤ ਦੀ ਸੇਲੀ ਲਿਖਦੀ ਹੈ ਹਾਂਜੀ ਟੈਨਸ਼ਨ ਤਾਂ ਹੋਈ ਜਾਂਦੀ ਹੈ ਕਿਉਂਕਿ ਜੇ ਮੈਂ ਉਹਨੂੰ ਐਦਾਂ ਪੁੱਛੂੰਗੀ ਤਾਂ ਤੁਹਾਡੇ ਨਾਲ ਲੜੂਗੀ ਅੱਗੇ ਲਾਡੀ ਲਿਖਦਾ ਕੀ ਕਰਾਂ ਭੈਣੇ ਜਿਹਦੇ ਲਈ ਸਭ ਕੁਝ ਕੀਤਾ ਉਹ ਖੁਸ਼ ਹੋ ਕੇ ਗੱਲ ਵੀ ਨਹੀਂ ਕਰ ਸਕਦੀ ਅੱਗੇ ਲਿਖਦਾ ਭੈਣੇ ਤੁਸੀਂ ਨਾ ਪੁੱਛਿਓ ਤੁਹਾਡੇ ਨਾਲ ਲੜੂਗੀ ਨਹੀਂ ਤਾਂ ਇਸ ਤੋਂ ਅੱਗੇ 2 ਅਕਤੂਬਰ ਨੂੰ ਦੁਬਾਰਾ ਜਿਹੜੀ ਆ ਉਹ ਗੱਲ ਹੁੰਦੀ ਹੈ ਬਯੰਤ ਦੀ ਸਹੇਲੀ ਦੇ ਨਾਲ ਲਫਪ੍ਰਿਤ ਦੀ ਤੇ ਜਿੱਥੇ ਉਹ ਕਹਿੰਦਾ ਹੈ ਕਰਦਾਸ ਕਿ ਕਿਹੜਾ ਕੁਝ ਹੋਣਾ ਹੈ ਵਾਧੂ ਦੀ ਟੈਨਸ਼ਨ ਹੋਊਗੀ ਅੱਗੇ ਬਯੰਤ ਦੀ ਸਹੇਲੀ ਕਹਿੰਦੀ ਹੈ ਪਰ ਉਹਨਾਂ ਨੂੰ ਨਹੀਂ ਕਦੇ ਲੱਗਾ ਵੀ ਗੱਲ ਨਹੀਂ ਕੀਤੀ ਅੱਗੇ ਲਾੜੀ ਲਿਖਦਾ ਜਦੋਂ ਪੁੱਛਦੇ ਐ ਮੈਂ ਕਹਿ ਦਿੰਨਾ ਵੀ ਗੱਲ ਹੋ ਜਾਂਦੀ ਹੈ ਮੇਰੀ ਬਾਕੀ ਘਰ ਦੇ ਬਾਲਾ ਨਹੀਂ ਪੁੱਛਦੇ ਬਯੰਤ ਤਾਂ ਉਹਨਾਂ ਲਈ ਸਿਆਣੀ ਹੀ ਬਹੁਤ ਹੈ ਉਸ ਤੋਂ ਬਾਅਦ 7 ਅਕਤੂਬਰ ਨੂੰ ਦੁਬਾਰਾ ਗੱਲ ਹੁੰਦੀ ਹੈ ਜਿੱਥੇ ਕਿ ਲਾੜੇ ਲਿਖਦਾ ਹੈ ਭੈਣੇ ਤੁਸੀਂ ਦੇਖ ਲਓ ਹੁਣ ਉਸ ਦਿਨ ਦੀ ਗੱਲ ਹੋਈ ਹੈ ਜਿਸ ਦਿਨ ਤੁਸੀਂ ਫੋਨ ਕੀਤਾ ਸੀ ਅਜੇ ਤੱਕ ਨਹੀਂ ਕੀਤਾ ਫੋਨ ਮੈਂ ਦੋ ਵਾਰ ਕੀਤਾ ਚੱਕਿਆ ਨਹੀਂ ਮੇਰਾ ਹੁਣ ਦੱਸੋ ਭੈਣੇ ਮੈਂ ਕੀ ਕਰਾਂ ਜੇ ਘਰੇ ਦੱਸਦਾ ਤਾਂ ਪੰਗਾ ਪੈ ਜੂਗਾ ਬਯੰਤ ਕਹਿੰਦੀ ਵੀ ਤੁਸੀਂ ਮੇਰੇ ਨਾਲ ਲੜਦੇ ਹੋ ਗਲਤ ਬੋਲਦੇ ਹੋ ਮੈਂ ਲੜਦਾ ਕਾਦੇ ਲਈਆਂ ਟਾਈਮ ਮੰਗਦਾ ਉਹ ਬਯੰਤ ਨੂੰ ਵੀ ਕਿਹਾ ਮੈਂ ਵੀ ਮੈਂ ਲੜਦਾ ਕਾਦੇ ਲਈ ਸਿਰਫ ਟਾਈਮ ਮੰਗਦਾ ਅੱਗੇ ਬਯੰਤ ਤੇ ਫਰੈਂਡ ਲਿਖਦੀ ਹੈ ਵੀਰੇ ਤੁਸੀਂ ਵੇਖ ਲਓ ਫਿਰ ਕਿਸੇ ਨਾਲ ਗੱਲ ਸ਼ੇਅਰ ਕਰਕੇ ਵੇਖ ਲੋ ਆਪਣੇ ਸਿਸ ਦੇ ਨਾਲ ਜਾਂ ਅਰਸ਼ ਹੋਣਾ ਨਾਲ ਗੱਲ ਕਰ ਲੋ ਨਹੀਂ ਇਹਨੂੰ ਕਾਲ ਕਰ ਲਿਓ ਤੁਸੀਂ ਦੁਬਾਰਾ ਸਮਝਾ ਦਿਓ ਅੱਗੇ ਲਾਡੀ ਲਿਖਦਾ ਵੀ ਮੇਰੇ ਕਹੇ ਤੋਂ ਨਹੀਂ ਇਹਨੇ ਸਮਝਣਾ ਹੁਣ ਤੱਕ ਸਮਝ ਜਾਣਾ ਚਾਹੀਦਾ ਸੀ ਅੱਗੇ ਲਾਡੀ ਲਿਖਦਾ ਹੈ ਸੁਖ ਭੈਣੇ ਤੁਸੀਂ ਇਹਨਾਂ ਦੱਸ ਦੋ ਵੀ ਬੇਅੰਤ ਦਾ ਰਿਲੇਸ਼ਨ ਹੈਗਾ ਜਾਂ ਫਿਰ ਨਹੀਂ ਪਲੀਜ਼ ਰਿਕਵੈਸਟ ਕਰਦਾ ਮੈਨੂੰ ਲੱਗਦਾ ਵੀ ਹੈਗਾ ਨਹੀਂ ਇਹਨਾ ਇਗਨੋਰ ਕੋਈ ਅਬਦੇ ਦੁਸ਼ਮਣ ਨੂੰ ਵੀ ਨਹੀਂ ਕਰਦਾ ਜਿੰਨਾ ਇਹ ਕਰ ਰਹੀ ਹੈ ਤੁਸੀਂ ਨਾਲ ਰਹਨੇ ਹੋ ਇੰਨਾ ਕ ਦੱਸ ਦੋ ਪਲੀਜ਼ ਭੈਣ ਬਣ ਕੇ ਤੁਹਾਡਾ ਨਾਮ ਕਦੇ ਨਹੀਂ ਆਊਗਾ ਵਿੱਚ ਇਹ ਮੇਰਾ ਪ੍ਰੋਮਿਸ ਹੈ ਅੱਗੇ ਬਯੰਤ ਦੀ ਸਹੇਲੀ ਕਹਿੰਦੀ ਹੈ ਵੀ ਵੀਰੇ ਮੈਨੂੰ ਸੱਚੀ ਨਹੀਂ ਪਤਾ ਕੁਝ ਵੀ ਨਾ ਹੀ ਆਪਾਂ ਨੂੰ ਕਦੇ ਪੁੱਛਿਆ ਉਹਦੀ ਲਾਈਫ ਬਾਰੇ ਉਸ ਤੋਂ ਅਗਲੀ ਚੈਟ ਦੇ ਵਿੱਚ ਜਦੋਂ ਗੱਲ ਹੁੰਦੀ ਹੈ ਤਾਂ ਉੱਥੇ ਪਤਾ ਲੱਗਦਾ ਹੈ ਵੀ ਬਯੰਤ ਜਿਹੜੀ ਹੈ ਉਹ ਕਿੰਗਸਟਨ ਸ਼ਿਫਟ ਹੋ ਗਈ ਹੈ ਕਿਉਂਕਿ ਕੰਮ ਦਾ ਉਹਨੂੰ ਉੱਥੇ ਓੱਖਾ ਲੱਗ ਰਿਹਾ ਸੀ ਪਰ ਲਾਡੀ ਅੱਗੋ ਕਹਿੰਦਾ ਹੈ ਵੀ ਜਦੋਂ ਤੁਸੀਂ ਕੰਮ ਕਰ ਸਕਦੇ ਹੋ ਤਾਂ ਉਹਨੂੰ ਕੀ ਹੁੰਦਾ ਕੰਮ ਕਰਨ ਲਈ ਕੋਈ ਹੋਰ ਰੀਜ਼ਨ ਹੋਊਗਾ ਤੁਹਾਨੂੰ ਪਤਾ ਹੋਊ ਅੱਗੇ ਉਹ ਕਹਿੰਦੀ ਹੈ ਵੀ ਵੀਰੇ ਇਹਦੇ 'ਚ ਮੈਂ ਕੀ ਕਰ ਸਕਦੀ ਆ ਤੇ ਲਾਡੀ ਕਹਿੰਦਾ ਹੈ ਹੈਗਾ ਤਾਂ ਹੋਰ ਕੋਈ ਰੀਜ਼ਨ ਹੈ ਰਿਪੋਰਟ ਤਾਂ ਮਿਲੀ ਆ ਮੈਨੂੰ ਇਹਦਾ ਮਤਲਬ ਕਿ ਲਾਡੀ ਨੂੰ ਕਿਤੇ ਨਾ ਕਿਤੇ ਇਹ ਵੀ ਪਤਾ ਸੀ ਕਿ ਬਯੰਤ ਨੇ ਜਿਹੜਾ ਸ਼ਿਫਟ ਕੀਤਾ ਆਪਣੀ ਜਗ੍ਹਾ ਤੋਂ ਕਿਤੇ ਨਾ ਕਿਤੇ ਰੀਜ਼ਨ ਲਾਡੀ ਤੱਕ ਇਹ ਗੱਲ ਪਹੁੰਚ ਗਈ ਸੀ ਕਿ ਰਿਸ਼ਤਾ ਕਿਤੇ ਹੋਰ ਵੀ ਹੈ ਅੱਗੇ ਲਾਡੀ ਲਿਖਦਾ ਹੈ ਵੀ ਕੁਝ ਤਾਂ ਪਤਾ ਲੱਗਦਾ ਹੀ ਹੈ ਵੀ ਕਿੰਨਾ ਕੁ ਫੋਨ ਯੂਜ਼ ਹੁੰਦਾ ਹੈ ਕਿੰਨੀ ਕੁ ਗੱਲ ਕਰਦੀ ਹੈ ਫੋਨ ਤੇ ਕਿਉਂਕਿ ਮੇਰੇ ਨਾਲ ਤਾਂ ਗੱਲ ਨਹੀਂ ਕਰਦੀ ਅੱਗੇ ਬਯੰਤ ਦੀ ਸਹੇਲੀ ਲਿਖਦੀ ਹੈ ਵੀ ਵੀਰੇ ਉਹ ਦੂਜੇ ਰੂਮ 'ਚ ਰਹਿੰਦੀ ਸੀ ਐਂਡ ਸਾਡੇ ਨਾਲ ਕੰਮ ਦੀ ਟਾਈਮਿੰਗ ਵੀ ਲਾਡੀ ਕਹਿੰਦੇ ਵੀ ਸੈਟਰਡੇ ਸੰਡੇ ਤਾਂ ਘਰ ਆਉਂਦੀ ਸੀ ਉਹ ਕਹਿੰਦੀ ਐ ਕਿ ਹਾਂ ਘਰੇ ਹੀ ਹੁੰਦੀ ਸੀ ਤੱਕ ਲਾਡੀ ਕਹਿੰਦੇ ਜੇ ਕੁਝ ਪਤਾ ਭੈਣੇ ਤਾਂ ਦੱਸ ਦੋ ਨਹੀਂ ਥੋਡੀ ਮਰਜ਼ੀ ਮੇਰੀ ਜ਼ਿੰਦਗੀ ਖਰਾਬ ਐ ਨਹੀਂ ਤਾਂ ਮੈਂ ਬਸ ਮੇਰੇ ਨਾਲ ਤਾਂ ਗੱਲ ਹੀ ਨਹੀਂ ਕਰਦੀ ਪਤਾ ਵੀ ਕਿੱਡੇ ਵੱਡੇ ਬਿਜ਼ਨਸ ਨੇ ਮੈਡਮ ਦੇ ਅੱਗੇ ਬਿਆੰਤ ਦੀ ਸੇਲੀ ਕਹਿੰਦੀ ਐ ਵੀ ਉਹਨਾਂ ਨੇ ਨੀ ਕਦੇ ਗੱਲ ਕੀਤੀ ਬਿਆੰਤ ਨਾਲ ਜਾਂ ਬਿਆੰਤ ਦੇ ਘਰ ਦੇ ਨੀ ਗੱਲ ਕੀਤੀ ਉਹਦੇ ਨਾਲ ਤਾਂ ਲਾਡੀ ਕਹਿੰਦੇ 2-3 ਮਹੀਨੇ ਬਾਅਦ ਗੱਲ ਕਰ ਲੈਂਦੀ ਐ ਮਿੱਠੀ ਗੋਲੀ ਦੇ ਦਿੰਦੀ ਐ ਕਹਿ ਦਿੰਦੀ ਐ ਮੈਂ ਫਾਈਲ ਲਾऊं ਇਧਰੋਂ ਬਸ ਵਰਕ ਪਰਮਿਟ ਆ ਜਾਂਦੋ ਅੱਗੇ ਬੀਅੰਤ ਦੀ ਸਹੇਲੀ ਕਹਿੰਦੀ ਹੈ ਚਲੋ ਤੁਸੀਂ ਫਾਈਲ ਉਹ ਕਰ ਲਓ ਹੁਣ ਤਾਂ ਆ ਗਿਆ ਲਾਡੀ ਕਹਿੰਦਾ ਆਨਲਾਈਨ ਆਇਆ ਕਿ ਸਟੈਂਪ ਲੱਗ ਕੇ ਆਇਆ ਬੀਅੰਤ ਦੀ ਸਹੇਲੀ ਕਹਿੰਦੀ ਹੈ ਵਰਕ ਪਰਮਿਟ ਤਾਂ ਘਰੇ ਹੀ ਆਉਂਦਾ ਹੁੰਦਾ ਹੈ ਬਾਕੀ ਸਟੈਂਪ ਤਾਂ ਪਾਸਪੋਰਟ ਤੇ ਚਾਹੀਦੀ ਹੁੰਦੀ ਹੈ ਵੀ ਜੇ ਕਿਤੇ ਜਾਣਾ ਹੋਵੇ ਉਹ ਤਾਂ ਬਾਅਦ ਚ ਅਪਲਾਈ ਕਰਨਾ ਹੁੰਦਾ ਅੱਗੇ ਲਾਡੀ ਲਿਖਦਾ ਪਾਗਲ ਬਣਾਈ ਜਾਂਦੀ ਹੈ ਕਹਿੰਦੀ ਆਨਲਾਈਨ ਆਉਂਦਾ ਅੱਗੇ ਬੀਅੰਤ ਦੀ ਸਹੇਲੀ ਕਹਿੰਦੀ ਹੈ ਉਹ ਵੀਰੇ ਅਪਲਾਈ ਕਰੇ ਤੋਂ ਬਾਅਦ ਹੁਣ ਲਾਕਡਾਊਨ ਵਗੈਰਾ ਕਰਕੇ ਬਾਇਓਮੈਟ੍ਰਿਕਸ ਨੇ ਹੁੰਦੀ ਹੁਣ ਸਭ ਦੇ ਲੇਟ ਹੀ ਆਉਂਦੀ ਆ ਉਹ ਕਹਿੰਦਾ ਜੀ ਪਰ ਅੱਗੇ ਬਯੰਤ ਦੀ ਸਹੇਲੀ ਕਹਿੰਦੀ ਹੈ ਬਾਕੀ ਤੁਸੀਂ ਉਹਨੂੰ ਕਹਿ ਦੋ ਵੀ ਅਪਲਾਈ ਕਰ ਦਵੇ ਲਾਡੀ ਕਹਿੰਦਾ ਕਰੂੰਗਾ ਮੈਸੇਜ ਦੇਖਦੇ ਆ ਕਿ ਕਹਿੰਦੀ ਹੈ ਬਟ ਕਿੰਗਸਟਨ ਜਾਂਦਾ ਰੀਜ਼ਨ ਹੋਰ ਹੈ ਇਸ ਤੋਂ ਇਲਾਵਾ ਇਹ ਜਿਹੜੀ ਚੈਟ ਤੁਸੀਂ ਦੇਖ ਰਹੇ ਹੋ ਜਿਸ ਚ ਇਸ ਪੂਰੀ ਚੈਟ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੈ ਕਿ ਅਰਸ਼ ਦੇ ਨਾਲ ਤੁਸੀਂ ਗੱਲ ਕਰ ਲਓ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਾਡੀ ਨੇ ਅਰਸ਼ ਦੇ ਨਾਲ ਵੀ ਗੱਲ ਕੀਤੀ ਹੈ ਜਿੱਥੇ ਉਹ ਲਿਖਦਾ ਹੈ ਕਿ ਅਰਸ਼ ਬਯੰਤ ਮੈਨੂੰ ਛੱਡਣ ਦੇ ਬਹਾਨੇ ਲੱਭ ਰਹੀ ਹੈ ਬਹੁਤ ਟਾਈਮ ਹੋ ਗਿਆ ਮੈਨੂੰ ਐਦਾਂ ਸੀ ਵੀ ਕੀ ਪਤਾ ਠੀਕ ਹੋ ਜੇ ਸਭ ਕੁਝ ਹੁਣ ਉਹਨੂੰ ਮੇਰੀਆਂ ਪੁਰਾਣੀਆਂ ਲੜਾਈਆਂ ਦਿਖਣ ਲੱਗ ਗਈਆਂ ਬਿਕੋਜ਼ ਹੁਣ ਮੈਨੂੰ ਫਾਈਲ ਲਈ ਵੀਡੀਓ ਕਾਲ ਦੇ ਸਕਰੀਨਸ਼ਾਟ ਦੀ ਲੋੜ ਸੀ ਨਾ ਮੈਨੂੰ ਕਾਲ ਕਰਦੀ ਐ ਮੈਨੂੰ ਨਹੀਂ ਪਤਾ ਕੀ ਆ ਉਹਦੇ ਦਿਮਾਗ ਦੇ ਵਿੱਚ ਦਿਲ 'ਚ ਬਟ ਹੁਣ ਮੇਰੀ ਫਾਈਲ ਨਹੀਂ ਲੱਗ ਰਹੀ ਫਾਈਲ 'ਚ ਸਕਰੀਨਸ਼ਾਟ ਲੱਗਣੇ ਆ ਚੈਟ ਲੱਗਣੀ ਆ ਚੈਟ ਕੀ ਆ ਲੜਾਈ ਆ ਮੇਰੀਆਂ ਮਿੰਤਾਂ ਨੇ ਵੀ ਕਾਲ ਕਰ ਲਿਆ ਕਰੋ ਗੱਲ ਕਰ ਲਿਆ ਕਰੋ ਆਹੇ ਕੁਝ ਹੈ ਉਹਦੇ ਬਾਅਦ ਅਰਸ਼ ਕਹਿੰਦੀ ਐ ਮੈਂ ਗੱਲ ਕਰਦੀ ਆ ਇਹ ਜਿਹੜੀ ਚੈਟ ਐ 13 ਦਸੰਬਰ 2019 ਦੀ ਐ ਜਿਹੜੀ ਤੁਸੀਂ ਦੇਖ ਰਹੇ ਹੋ ਕਿਉਂਕਿ ਜਦੋਂ ਤੁਸੀਂ ਬਾਹਰ ਜਾਣਾ ਹੁੰਦਾ ਹੈ ਤਾਂ ਤੁਹਾਡੇ ਪਾਰਟਨਰ ਨਾਲ ਤੁਹਾਡਾ ਰਿਸ਼ਤਾ ਕਿਸ ਤਰੀਕੇ ਦਾ ਹੈ ਉਹਦੇ ਲਈ ਤੁਹਾਨੂੰ ਵੀਡੀਓ ਕਾਲਸ ਦੇ ਸਕਰੀਨਸ਼ਾਟਸ ਚਾਹੀਦੇ ਹੁੰਦੇ ਨੇ ਜਿਹੜੀ ਤੁਹਾਡੀ ਚੈਟ ਹੋਈਆਂ ਨੇ ਉਹ ਚਾਹੀਦੀਆਂ ਹੁੰਦੀਆਂ ਨੇ ਤੁਹਾਡੇ ਘੁੰਮਦਿਆਂ ਫਿਰਦਿਆਂ ਦੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਨੇ ਜਿੱਥੇ ਕਿਤੇ ਤੁਸੀਂ ਘੁੰਮਣ ਗਏ ਸੀ ਉਹਦੀਆਂ ਫੋਟੋਆਂ ਲੱਗਦੀਆਂ ਨੇ ਸੋ ਬਹੁਤ ਸਾਰੇ ਪ੍ਰੂਫ ਜਿਹੜੇ ਨੇ ਉਹ ਚਾਹੀਦੇ ਹੁੰਦੇ ਨੇ ਸੋ ਕਿਤੇ ਨਾ ਕਿਤੇ ਉਹ ਪ੍ਰੂਫ ਜਿਹੜੇ ਨੇ ਉਹ ਬਣਾਉਣਾ ਨਹੀਂ ਚਾਹੁੰਦੀ ਸੀ ਬਿਨਤ ਇਹਨਾਂ ਤਸਵੀਰਾਂ ਦੇ ਵਿੱਚੋਂ ਦੀ ਪਤਾ ਲੱਗਦਾ ਇਹਨਾਂ ਸਕਰੀਨਸ਼ਾਟਸ ਤੋਂ ਪਤਾ ਲੱਗਦਾ ਚੈਟ ਜਿਹੜੀ ਸਾਹਮਣੇ ਆਈ ਹੈ ਉੱ ਮੇਰੇ ਕੋਲ ਨਾ ਤਾਂ ਵੀਡੀਓ ਕਾਲ ਦੇ ਸਕਰੀਨਸ਼ਾਟ ਨੇ ਜੇ ਚੈਟ ਹੈਗੀ ਵੀ ਹੈ ਤਾਂ ਉਹ ਸਾਰੀ ਚੈਟ ਦੇ ਵਿੱਚ ਬਸ ਲੜਾਈਆਂ ਹੀ ਨੇ ਸੋ ਮੇਰੀ ਫਾਈਲ ਹੁਣ ਜਿਹੜੀ ਹੈ ਉਹ ਨਹੀਂ ਲੱਗ ਰਹੀ ਕਿਤੇ ਨਾ ਕਿਤੇ ਬਯੰਤ ਜਿਹੜੀ ਗੱਲ ਨਹੀਂ ਕਰ ਰਹੀ ਸੀ ਦੋਸਤ ਦੇ ਥਰੂ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਜਿਹੜੀ ਇਹ ਲਾੜੀ ਕਰ ਰਿਆ ਸੀ ਬਯੰਤ ਦੀ ਪਰ ਉਹ ਵੀ ਸਿਰੇ ਨਹੀਂ ਚੜਦੀ ਹੋਈ ਨਜ਼ਰ ਆ ਰਹੀ ਸੀ ਕਿਉਂਕਿ ਚੈਟ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਕਹਿੰਦਾ ਵੀ ਹੈ ਕਿ ਪਤਾ ਲੱਗ ਗਿਆ ਬਯੰਤ ਨੂੰ ਕਿ ਮੇਰੀ ਤੁਹਾਡੇ ਨਾਲ ਗੱਲ ਹੁੰਦੀ ਹੈ ਤੇ ਜਿਸ ਕਰਕੇ ਉਹ ਮੇਰੇ ਨਾਲ ਲੜਾਈ ਕੀਤੀ ਉਹਨੇ ਤਾਂ ਤੁਹਾਡੇ ਨਾਲ ਵੀ ਬਾਅਦ ਵਿੱਚ ਲੜਾਈ ਕਰੂਗੀ ਸੋ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਵਾਰ ਹੁੰਦੀਆਂ ਨੇ ਕਿ ਆਪਸ ਦੇ ਵਿੱਚ ਅਸਲ ਦੇ ਵਿੱਚ ਰਿਸ਼ਤਾ ਬਿਆੰਤ ਦਾ ਤੇ ਲਾਡੀ ਦਾ ਸੀ ਕਿਸ ਤਰੀਕੇ ਦਾ ਕਿਸ ਤਰੀਕੇ ਦੇ ਨਾਲ ਬਿਆੰਤ ਜਿਹੜੀ ਆ ਉਹ ਲਾਡੀ ਨੂੰ ਬਾਹਰ ਨਹੀਂ ਬੁਲਾਉਣਾ ਚਾਹੁੰਦੀ ਸੀ ਪਰ ਫਿਲਹਾਲ ਹਲੇ ਜਿਹੜਾ ਮਾਮਲਾ ਹੈ ਉਹ ਕਾਨੂੰਨੀ ਹੱਥਾਂ ਦੇ ਵਿੱਚ ਹੈ ਕਾਨੂੰਨ ਜਿਹੜਾ ਹੈ ਉਹ ਸਾਰੀ ਚੀਜ਼ਾਂ ਦੀ ਘੋਖ ਕਰ ਰਿਹਾ ਹੈ ਜਾਂਚ ਕਰ ਰਿਹਾ ਹੈ ਐਫ ਆਈ ਆਰ ਜਿਹੜੀ ਆ ਉਹ ਹੋ ਚੁੱਕੀ ਹੈ 420 ਦੀ ਹੋਈ ਹੈ ਪਰ ਧਰਨਾ ਜਿਹੜਾ ਪਰਿਵਾਰ ਲਗਾ ਕੇ ਬੈਠਾ ਹੈ ਕਿ ਸਿਰਫ 420 ਦਾ ਪਰਚਾ ਨਹੀਂ 306 ਵਰਗੀਆਂ ਧਰਾਵਾਂ ਜਿਹੜੀਆਂ ਨੇ ਇਹਦੇ ਵਿੱਚੋਂ ਹੋਰ ਲੱਗਣੀਆਂ ਚਾਹੀਦੀਆਂ ਨੇ ਰਿਪੋਰਟ ਤੇ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਦੀ ਤੇ ਨਾਲ ਹੀ ਇਹ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜਿਹੜੇ ਜ਼ਿੰਦਾ ਜ਼ਮੀਰ ਵਾਲੇ ਜਾਗਦੀ ਜ਼ਮੀਰ ਵਾਲੇ ਪੰਜਾਬੀ ਇਸ ਵੇਲੇ ਕੈਨੇਡਾ ਦੇ ਵਿੱਚ ਬੈਠੇ ਨੇ ਉਹ ਪਰਿਵਾਰ ਦੀ ਕਿਸੇ ਤਰੀਕੇ ਦੇ ਨਾਲ ਮਦਦ ਕਰਨ ਉਹਨਾਂ ਨੂੰ ਸਬੂਤ ਜਿਹੜੇ ਨੇ ਉਹ ਕਿਸੇ ਤਰੀਕੇ ਦੇ ਨਾਲ ਇਕੱਠਾ ਕਰਨ ਦੇ ਵਿੱਚ ਮਦਦ ਕਰਨ ਜਾਂ ਫਿਰ ਜਿਸ ਤਰੀਕੇ ਵੀ ਮਦਦ ਕਰ ਸਕਦੇ ਨੇ ਉਹ ਮਦਦ ਉਹਨਾਂ ਨੂੰ ਜ਼ਰੂਰ ਕੀਤੀ ਜਾਵੇ ਅੱਗੇ ਦੀ ਅਪਡੇਟ ਜਿਵੇਂ ਮਿਲੇਗੀ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝ ਕਰਾਂਗੇ ਜੁੜੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ ਹਰ ਕਦਮ ਤੁਹਾਡੇ ਨਾਲ